ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਜਿਹੜੇ ਅਫਸਰ ਨੇ ਅਧਿਕਾਰੀ ਨੇ ਉਹਨਾਂ ਦੀ ਡਿਊਟੀਆਂ ਜੜੀਆਂ ਚੋਣਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਫਾਜ਼ਿਲਕਾ ਤੋਂ ਮਾਮਲਾ ਅਜੀਬ ਹੀ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਡੀਸੀ ਤੋਂ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਛੁੱਟੀ ਦੀ ਸਿਹਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਡੀਸੀ ਦੇ ਵੱਲੋਂ ਹੁਣ ਸਿਹਤ ਕਮੇਟੀ ਦਾ ਹੀ ਗਠਨ ਕਰ ਦਿੱਤਾ ਗਿਆ ਹੈ ਜਿਹੜੇ ਅਧਿਕਾਰੀ ਜਿਹੜੇ ਨਹੀਂ ਉਹ ਆਪਣੀ ਮੈਡੀਕਲ ਰਿਪੋਰਟ ਸਾਂਝੀ ਕਰਦੇ ਨੇ ਤੇ ਉਸ ਤੋਂ ਬਾਅਦ ਜਾਂਚ ਪੜਤਾਲ ਹੁੰਦੀ ਹੈ ਫਿਰ ਹੀ ਛੁੱਟੀ ਜਿਹੜੀ ਹੈ ਉਹਨਾਂ ਅਧਿਕਾਰੀਆਂ ਦੀ ਮਨਜ਼ੂਰ ਕੀਤੀ ਜਾ ਰਹੀ ਹੈ ਡੀਸੀ ਦਾ ਕਹਿਣਾ ਹੈ ਕਿ ਸਾਨੂੰ ਤਕਰੀਬਨ ਕਈ ਅਧਿਕਾਰੀਆਂ ਦਿਆਂ ਜਿਹੜੇ ਮੈਸੇਜ ਤੇ ਨਾਲ ਹੀ ਉਹਨਾਂ ਦੀਆਂ ਚਿੱਠੀਆਂ ਮਿਲੀਆਂ ਨੇ ਜਿਹੜੇ ਛੁੱਟੀ ਬਾਰ-ਬਾਰ ਮੰਗ ਰਹੇ ਨੇ ਇੱਕ ਪੂਰਨ ਤੌਰ ਤੋਂ ਭੀੜ ਜਿਹੜੀ ਹੈ ਉਹ ਲੱਗੀ ਹੋਈ ਹੈ ਛੁੱਟੀ ਮੰਗਣ ਦੇ ਲਈ ਇਸ ਲਈ ਅਸੀਂ ਪੂਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ ਸਿਹਤ ਕਮੇਟੀ ਜਿਹੜੀ ਹੈ ਉਹ ਮੈਡੀਕਲ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਅਧਿਕਾਰੀਆਂ ਨੂੰ ਛੁੱਟੀ ਦੇ ਰਹੀ ਹੈ ਜਿਵੇਂ ਦੱਸਦੀ ਹੈ ਕਿ ਇਹ ਮਾਮਲਾ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਈ ਜੜੇ ਹੈ ਉਹ ਅਫਸਰ ਪਹੁੰਚੇ ਨੇ ਅਧਿਕਾਰੀ ਪਹੁੰਚੇ ਨੇ ਕਿ ਉਹਨਾਂ ਨੂੰ ਛੁੱਟੀ ਚਾਹੀਦੀ ਹੈ ਮੈਡੀਕਲ ਦਾ ਹਵਾਲਾ ਦੇ ਰਹੇ ਨੇ ਹਾਲਾਂਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਇਸ ਦੇ ਉੱਤੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਹੈ ਤੇ ਇਸ ਬਾਬਤ ਮੈਡੀਕਲ ਬੋਰਡ ਦਾ ਗਠਨ ਕਰ ਦਿੱਤਾ ਹੈ ਬੋਰਡ ਦੀ ਰਿਪੋਰਟ ਤੋਂ ਬਾਅਦ ਹੀ ਕਰਮਚਾਰੀਆਂ ਨੂੰ ਚੋਣਾਂ ਦੇ ਦੌਰਾਨ ਡਿਊਟੀ ਦੇ ਵਿੱਚ ਛੁੱਟੀ ਦਿੱਤੀ ਜਾਵੇਗੀ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੁਨੀਰ ਸੇਨ ਦੁੱਗਲ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਫਾਜ਼ਿਲਕਾ ਜ਼ਿਲ੍ਹੇ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਚਾਰ ਵਿਧਾਨ ਸਭਾ ਪੈਂਦੇ ਹਨ ਜਿਨ੍ਹਾਂ ਦੇ ਵਿੱਚ ਅਬੋਹਰ ਫਾਜ਼ਿਲਕਾ ਜਲਾਲਾਬਾਦ ਅਤੇ ਬਲੂਆਣਾ ਜਿਸ ਦੇ ਵਿੱਚ ਪੂਰਨ ਤੌਰ ਤੇ ਉੱਤੇ ਅਸੀਂ ਤਿਆਰੀਆਂ ਕਰ ਰਹੇ ਨੇ ਚੋਣਾਂ ਦੇ ਵਿੱਚ ਸਰਕਾਰੀ ਕਰਮਚਾਰੀਆਂ ਨੇ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਨੇ ਅਜਿਹੇ ਦੇ ਵਿੱਚ ਕਰਮਚਾਰੀ ਆਪਣੀ ਡਿਊਟੀ ਕਟਵਾਉਣ ਦੀ ਚੱਕਰਾਂ ਦੇ ਵਿੱਚ ਛੁੱਟੀ ਦੀ ਮੰਗ ਕਰ ਰਹੇ ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਸਖਤ ਰੁਖ ਅਪਣਾਉਂਦੇ ਹੋਏ ਦੋ ਟੁਕ ਸਾਫ ਕਰ ਦਿੱਤਾ ਹੈ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਮਹਿਲਾਵਾਂ ਦਾ ਬੱਚਾ ਛੋਟਾ ਹੈ 1 ਸਾਲ ਦੀ ਘਰ ਤੋਂ ਉਮਰ ਦਾ ਤੇ ਉਹਨਾਂ ਦੀ ਛੁੱਟੀ ਮਨਜ਼ੂਰ ਕੀਤੀ ਜਾ ਰਹੀ ਹੈ ਜਾਂ ਫਿਰ ਮਹਿਲਾਵਾਂ ਗਰਭਵਤੀ ਹੈ ਉਹਨਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਜਿਸ ਦੌਰਾਨ ਜਿਸ ਸਿਹਤ ਸੰਬੰਧੀ ਤਰਕ ਜਿਹੜਾ ਅਧਿਕਾਰੀ ਦੇ ਰਹੇ ਨੇ ਉਹਨਾਂ ਦੀ ਮੈਡੀਕਲ ਬੋਰਡ ਦੇ ਵੱਲੋਂ ਰਿਪੋਰਟ ਆਉਣ ਤੋਂ ਬਾਅਦ ਡਿਊਟੀ ਤੋਂ ਛੁੱਟੀ ਮਿਲ ਪਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਬੇਵਜਾ ਚੋਣਾ ਦੇ ਵਿੱਚ ਡਿਊਟੀ ਨਹੀਂ ਕੱਟੀ ਜਾਵੇਗੀ ਲੋਕ ਸਭਾ ਚੋਣਾ ਇੱਕ ਮੇਲਾ ਹੁੰਦਾ ਹੈ ਇਸ ਦੇ ਲਈ तमाम ਸਰਕਾਰੀ ਕਰਮਚਾਰੀਆਂ ਨੂੰ ਅੱਗੇ ਵਧ ਚੜ ਕੇ ਕੰਮ ਕਰਨਾ ਜ਼াহিਦਾ ਹੈ ਤੇ ਨਾਲ ਹੀ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਵੱਦ ਤੋਂ ਵੱਦ ਕਰਮਚਾਰੀ ਮਿਲ ਕੇ ਕੰਮਕਾਰ ਕਰਨ ਤਾਂ ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਟਿਪਕੀ ਕਮਿਸ਼ਨਰ ਸਖਤ ਹੁੰਦੇ ਹੋਏ ਨਜ਼ਰ ਆਏ ਕਿਉਂਕਿ ਉਹਨਾਂ ਨੂੰ ਕਈ ਚਿੱਠੀਆਂ ਤੇ ਕਈ ਅਫਸਰਾਂ ਤੋਂ ਫੋਨ ਕਾਲਸ ਆਏ ਨੇ ਕਿ ਉਹਨਾਂ ਨੂੰ ਛੁੱਟੀ ਚਾਹੀਦੀ ਹੈ ਇਸ ਕਾਰਨ ਉਹਨਾਂ ਨੇ ਸਖਤ ਕਾਰਵਾਈ ਕੀਤੀ ਹੈ ਉਹਨਾਂ ਦੇ ਵੱਲੋਂ ਇੱਕ ਸਿਹਤ ਬੋਰਡ ਦਾ ਵੀ ਗਠਨ ਕਰ ਦਿੱਤਾ ਹੈ ਇੱਕ ਬੋਰਡ ਜਿਹੜਾ ਹੈ ਜਿਹੜੇ ਅਧਿਕਾਰੀ ਛੁੱਟੀ ਦੀ ਮੰਗ ਕਰ ਰਹੇ ਨੇ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਜੇਕਰ ਤੁਹਾਨੂੰ ਛੁੱਟੀ ਚਾਹੀਦੀ ਹੈ ਬੋਰਡ ਦੀ ਰਿਪੋਰਟ ਆਂਡ ਤੋ ਬਾਦੀ ਛੁੱਟੀ ਦਿੱਤੀ ਜਾਵੇਗੀ ਤੇ ਸਾਫ ਤੌਰ ਦੇ ਉੱਤੇ ਡੀਸੀ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜੇਕਰ ਜੇਕਰ ਜਿਹੜੀਆਂ ਮਹਿਲਾਵਾਂ ਗਰਭਵਤੀ ਨੇ ਜ ਜ ਉਹਨਾਂ ਦਾ ਬੱਚਾ 1 ਸਾਲ ਤੋਂ ਛੋਟਾ ਹੈ ਉਹਨਾਂ ਨੂੰ ਹੀ ਛੁੱਟੀ ਮਨਜ਼ੂਰ ਕੀਤੀ ਜਾ ਰਹੀ ਹੈ ਜੇਕਰ ਕਿਸੇ ਨੂੰ ਬਹੁਤ ਵੱਡੀ ਸਮੱਸਿਆ ਹੈ ਤਾਂ ਸਿਹਤ ਦੀ ਤ ਸਿਹਤ ਜਿਹੜਾ ਬੋਰਡ ਕਮਿਸ਼ਨ ਦਾ ਗਠਨ ਕੀਤਾ ਹੈ ਉਹ ਇਸ ਬਾਬਤ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਜਿਹੜਾ ਹੈ ਉਹ ਉਹਨਾਂ ਨੂੰ ਛੁੱਟੀ ਮਿਲ ਸਕੇਗੀ ਉਥੇ ਡੀਸੀ ਦਾ ਕਹਿਣਾ ਕਿ ਕੁਝ ਅਫਸਰ ਜਿਹੜੇ ਹੈ ਡਿਊਟੀ ਦੇ ਵਿੱਚ ਆਪਣੀ ਨਾ ਜੁੜਿਆ ਜਾਣ ਦੇ ਜਾਂ ਫਿਰ ਡਿਊਟੀ ਕਟਵਾਉਣ ਦੇ ਚੱਕਰਾਂ ਦੇ ਵਿੱਚ ਮੈਡੀਕਲ ਦਾ ਹਵਾਲਾ ਦੇ ਕੇ ਛੁੱਟੀਆਂ ਮੰਗ ਰਹੇ ਨੇ ਉਹਨਾਂ ਨੇ ਦੋ ਟੁਕਸ ਸਾਫ਼ ਕਰ ਦਿੱਤਾ ਹੈ ਕਿ ਅਜਿਹਾ ਨਹੀਂ ਹੋਵੇਗਾ ਸਟੋਨਾਂ ਦੇ ਡਿਊਟੀ ਦੇ ਦੌਰਾਨ ਉਹਨਾਂ ਨੂੰ ਕੰਮ ਕਰਨਾ ਹੀ ਪਵੇਗਾ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਹੈ ਤਾਂ ਜਾਂਚ ਕਮੇਟੀ ਬੈਠੇਗੀ ਤੇ ਉਸ ਤੋਂ ਬਾਅਦ ਹੀ ਛੁੱਟੀ ਮਨਜ਼ੂਰ ਹੋਵੇਗੀ ਤਾਂ ਇਹ ਮਾਮਲਾ ਵਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਡੀਸੀ ਦੇ ਵੱਲੋਂ ਸਖਤ ਰੁਖ ਅਪਣਾਇਆ ਹੈ ਉਹਨਾਂ ਅਫਸਰਾਂ ਦੇ ਖਿਲਾਫ ਜੋ बार-बार ਚੋਣਾਂ ਦੇ ਵਿੱਚ ਛੁੱਟੀਆਂ ਮੰਗ ਰਹੇ ਨੇ ਜਾਂ ਫਿਰ ਮੈਡੀਕਲ ਦਾ ਹਵਾਲਾ ਦੇ ਕੇ ਛੁੱਟੀ ਚੋਣਾਂ ਦੇ ਵਿੱਚ ਕਟਵਾ ਰਹੇ ਨੇ ਉਹਨਾਂ ਦਾ ਸਾਫ਼ ਤੌਰ ਦੇ ਉੱਤੇ ਇੱਕ ਸਿੱਧਾ ਪੱਤਰ ਜਵਾਬ ਦੇ ਦਿੱਤਾ ਹੈ ਕਿ ਜੇਕਰ ਤੁਹਾਨੂੰ ਛੁੱਟੀ ਚਾਹੀਦੀ ਹੈ ਤਾਂ ਮੈਡੀਕਲ ਜਿਹੜਾ ਬੋਰਡ ਦਾ ਗਠਨ ਕੀਤਾ ਹੈ ਜੇਕਰ ਤੁਸੀਂ ਮੈਡੀਕਲ ਬੋਰਡ ਦਾ ਹਵਾਲਾ ਦਿੰਦੇ ਕਿ ਸਾਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਹੈ ਤਾਂ ਉਹ ਰਿਪੋਰਟ ਆਉਣ ਤੋਂ ਬਾਅਦ ਹੀ ਛੁੱਟੀ ਮਨਜ਼ੂਰ ਹੋਵੇਗੀ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਮਾਹੌਲ ਪੰਜਾਬ ਦੇ ਵਿੱਚ ਪੂਰਨ ਤੌਰ ਤੋ ਪੱਕ ਚੁਕਿਆ ਹੈ ਸਰਕਾਰੀ ਅਫਸਰਾਂ ਦੀ ਸਰਕਾਰੀ ਅਧਿਆਪਕਾਂ ਦੀ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਤਾਂ ਜੋ ਪੂਰਨ ਤੌਰ ਦੇ ਉੱਤੇ ਪਾਰਦਰਸ਼ਤਾ ਦੀ ਨਾਲ ਚੋਣਾ ਹੋ ਸਕਣ ਇਸ ਕਰਕੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀਆਂ ਲੱਗਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਲੰਬੀ ਡਿਊਟੀ ਕਈ ਵਾਰ ਹੋ ਜਾਂਦੀ ਹੈ ਤੇ ਇਸ ਕਾਰਨ ਜਿਹੜੇ ਅਧਿਕਾਰੀ ਹੈ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਡਿਊਟੀਆਂ ਲਗਵਾਉਣ ਤੋਂ ਬਚਦੇ ਹੁੰਦੇ ਨੇ ਇਸ ਕਾਰਨ ਫਾਜ਼ਿਲਕਾ ਦੇ ਵਿੱਚ ਹੀ ਅਫਸਰ ਜਿਹੜੇ ਨੇ ਅਧਿਕਾਰੀ ਮੁਲਾਜ਼ਮ ਬਾਰ-ਬਾਰ ਛੁੱਟੀਆਂ ਦੀ ਮੰਗ ਕਰ ਰਹੇ ਨੇ ਇਸ ਸੰਬੰਧ ਵਿੱਚ ਹੰਟੀ ਸੀ ਨੇ ਸਖਤ ਰੂਪ ਰੁਖ ਅਪਣਾਇਆ ਜਿਨ੍ਹਾਂ ਨੇ ਛੁੱਟੀ ਲੈਣੀ ਹੈ ਸਿਹਤ ਦਾ ਹਵਾਲਾ ਦਿੰਦੇ ਆ ਸਿੱਧਾ ਮੈਡੀਕਲ ਬੋਰਡ ਕਮੇਟੀ ਦੇ ਵਿੱਚ ਉਹਨਾਂ ਦੀ ਰਿਪੋਰਟ ਜਾਵੇਗੀ ਰਿਪੋਰਟ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਛੁੱਟੀ ਮਨਜ਼ੂਰ ਹੋਵੇਗੀ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਲਈ ਜੁੜੇ ਰਹੋ ABC ਪੰਜਾਬ ਦੇ ਨਾਲ